ਲੱਖੇ ਨੂੰ ਫੜਨ ਆਇਆ ਸੰਗਰੂਰ ਕਿਹੜਾ ਪਿੰਡ ਆ ਬਾਈ ਇਹ ਸਾਦੀ ਹਰੀ ਸੰਗਰੂਰ ਜਿਹੜਾ ਜਾ ਥਾਣਾ ਘੇਰ ਲਿਆ ਭਰਾਵੋ ਆ ਦੇਖੋ 10 ਪਿੰਡ ਇਕੱਠੇ ਹੋ ਕੇ ਆ ਗਏ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਦੇਖੋ ਕਿੰਨਾ ਜੋਸ਼ ਇਹਨਾਂ 'ਚ ਵੀ ਲੱਖੇ ਦੀ ਕਹਿੰਦੇ ਗ੍ਰਿਫਤਾਰੀ ਨਹੀਂ ਹੋਣ ਦੇਣੀ ਲੱਖੇ ਨੂੰ ਫੜ ਨਹੀਂ ਦੇਣਾ ਅਸੀਂ ਜੇ ਅਸੀਂ ਕਿਤੇ ਇੱਥੋਂ ਪੈਰ ਪਛਾਣ ਚੱਟ ਗਏ ਤਾਂ ਸਮਝ ਲਓ ਸੈਂਟਰ ਨੇ ਜਿੱਤ ਜਾਣਾ ਫਿਰ ਸਾਡਾ ਖਾਤਮਾ ਤੈਅ ਹੈ ਅਸੀਂ ਪੰਜਾਬ ਦੇ ਪਿੰਡ ਪਿੰਡ ਜਾਂਦੇ ਹਾਂ ਇੱਕੋ ਹੀ ਗੱਲ ਲੋਕਾਂ ਕੋਲ ਰੱਖਦੇ ਹਾਂ ਕਿ ਯਾਰ 26 ਤੋਂ ਬਾਅਦ ਕੀ ਹੋ ਗਿਆ ਅਸੀਂ ਤਰਾਂ ਕਿਉਂ ਬਹਿ ਗਏ ਕੀ ਅਸੀਂ ਮੋਰਚਾ ਜਿੱਤ ਲਿਆ ਕੀ ਇਹ ਕਾਲੇ ਨੂੰ ਰੱਦ ਹੋ ਗਏ ਇਹ ਫੈਸਲਾ ਅਸੀਂ ਕਰਨਾ ਹੈ ਪਿੰਡੋ ਪਿੰਡੀ ਜਾ ਕੇ ਕਮੇਟੀਆਂ ਵੀ ਬਣਾਉਣੇ ਆ ਟੀਮਾਂ ਬਣਾਉਣੇ ਆ ਭਾਈ ਹਫ਼ਤੇ ਬਾਅਦ ਬਾਗੀਆਂ ਬੰਨ ਕੇ ਜਾਓ ਬਾਗੀਆਂ ਬੰਨ ਬੰਨ ਕੇ ਦਿੱਲੀ ਵੱਲ ਕੂਚ ਕਰੋ ਜਿੱਡਾ ਵੱਡਾ ਕਾਫਲਾ ਦਿੱਲੀ ਜਾਊਗਾ ਓਡੀ ਵੱਡੀ ਛੇਤੀ ਯਕੀਨੀ ਤੁਹਾਡੀ ਜਿੱਤ ਹੋਣੀ ਆ ਭਾਵੋ ਜੇ ਐਂ ਕਰਾਂ ਜੇ ਬੈਠੇ ਰਹੇ ਤਾਂ ਅਸੀਂ ਇਹੀ ਕਹਿਣਾ ਹੈ ਬਾਈ ਮਜ਼ਦੂਰੀ ਕਰਨ ਆਉਂਦੇ ਆ ਤੁਹਾਡੇ ਕੋਲ ਜ਼ਮੀਨ ਹੈਗੀ ਕੋਈ ਕਹਿੰਦਾ 15 ਵਿਘੇ ਆ ਕੋਈ ਕਹਿੰਦਾ 20 ਵਿਘੇ ਆ ਮੈਂ ਕਿਹਾ ਇੱਥੇ ਕਿਉਂ ਆਉਂਦੇ ਆ ਕਹਿੰਦੇ ਬਾਈ ਵਪਾਰੀ ਸਾਡੇ ਖੇਤਾਂ 'ਚ ਬੈਠੇ ਆ ਮਰਜ਼ੀ ਦਾ ਮੁੱਲ ਦਿੰਦੇ ਆ ਹਾਲਾਤ ਸਾਡੇ ਵੀ ਇਹੀ ਬਣਨੇ ਆ ਇਸ ਕਰਕੇ ਬੇਨਤੀ ਕਰਦਾ ਨਵਾਂ ਕਾਨੂੰਨ ਆਉਣ ਵਾਲਾ ਹੈ ਆ ਬਿਜਲੀ ਵਾਲਾ 2 ਪਸ਼ੂਆਂ ਦੇ ਉੱਪਰ ਤੀਜਾ ਪਸ਼ੂ ਰੱਖੋਗੇ ਅੱਗ ਵੀ ਤੋਂ ਲਾਉਣਾ ਪੈਣਾ ਕਿੱਥੇ ਬਚੋਗੇ ਯਾਰ ਫੁੱਡਾਂ ਦੇ ਬੈਠੇ ਗੱਲਾਂ ਕਰ ਛੱਡਦੇ ਆ ਘਰਾਂ 'ਚ ਬਹਿ ਗਏ ਔਰ ਨੌਜਵਾਨ ਮੋਬਾਈਲਾਂ ਲੁੜਦੀ ਹੋਈ ਹੈ ਜਾਂ ਗੱਡੀਆਂ ਪਿੱਛੇ ਲੜੀ ਜਾਂਦੀ ਹੈ ਲੋੜ ਆ ਸਾਡੇ ਬਜ਼ੁਰਗਾਂ ਦਾ ਸਾਥ ਦੇਣ ਦੀ ਜਿਨ੍ਹਾਂ ਦੀ 60-70 ਸਾਲ ਉਮਰ ਹੈ 6-6 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ ਜਿਨ੍ਹਾਂ ਨੇ ਉਹ ਵਕਤ ਦੀਆਂ ਰਾਤਾਂ ਉੱਤੋਂ ਹੀ ਲਾਈਆਂ ਮੀਂਹ ਵੀ ਉੱਤੋਂ ਹੀ ਲੰਘੇ ਆਪਦੀ ਗਰਮੀ ਵੀ ਲੰਘ ਰਹੀ ਹੈ ਸੋ ਸਾਡਾ ਫਰਜ਼ ਬਣਦਾ ਭਰਾਵੋ ਹਰ ਇੱਕ ਬੰਦੇ ਦਾ ਹਰ ਇਨਸਾਨ ਦਾ ਕਿ ਪਿੰਡਾਂ ਵਿੱਚ ਟੀਮਾਂ ਬਣਾਓ ਗੱਡੀਆਂ ਆਪਦੀਆਂ ਕਰਾਓ ਦੁੱਧ ਵਗੈਰਾ ਲੱਸੀ ਵਗੈਰਾ ਇਕੱਠੀ ਕਰਕੇ ਲੈ ਕੇ ਜਾਓ 12-12,500 ਪਿੰਡ ਹੈ ਜੇ 10-10 ਬੰਦੇ ਵੀ ਗਏ ਇੱਕ ਪਿੰਡ 'ਚੋਂ ਤਾਂ ਹਿਸਾਬ ਲਾ ਲਓ ਲੱਖਾਂ ਦੀ ਗਿਣਤੀ ਦਿੱਲੀ ਪਹੁੰਚੂਗੀ ਸੋ ਆਓ ਇਸੇ ਕਰਕੇ ਅਸੀਂ ਪਿੰਡ ਪਿੰਡ ਬੇਨਤੀ ਕਰਦੇ ਹਾਂ 125 ਪਿੰਡ 'ਚ ਆਏ ਜੋ ਪਹਿਲਾਂ ਅੱਜ 12ਵਾਂ 13ਵਾਂ ਦਿਨ ਹੈ ਤੁਹਾਡੇ ਨਗਰ 'ਚ ਆਏ ਜਿਹੜੇ ਸੰਗਰੂਰ 'ਚ ਆਏ ਆ ਸੰਗਰੂਰ ਆ ਗਏ ਤੁਸੀਂ ਇਨਕਲਾਬੀ ਲੋਕ ਹੋ ਕ੍ਰਾਂਤੀਕਾਰੀ ਲੋਕ ਹੋ ਬਹੁਤ ਵੱਡਾ ਪਹਿਲਾ ਯੋਗਦਾਨ ਹੈ ਜ਼ਿਲ੍ਹੇ ਦਾ ਪੰਜਾਬ ਦੇ ਵਿੱਚੋਂ ਰਿਹਾ ਪਰ ਅੱਜ ਲੋੜ ਆ ਸਾਨੂੰ ਦਿੱਲੀ ਜਾਣ ਦੀ ਕਿਉਂਕਿ ਆ ਦੇਖਿਆ ਕੱਲ ਕਾਲਾ ਦਿਹਾੜਾ ਮਨਾਇਆ ਗਿਆ ਦੁਬਾਰਾ ਫਿਰ ਮੋਦੀ ਨੂੰ ਭਾਜਣਾ ਪਈਆਂ ਨੇ ਕਿਉਂਕਿ ਕਹਿੰਦੇ 7 ਸਾਲਾਂ 'ਚ ਉਹਨੇ ਝੰਡੇ ਬੀਜੇਪੀ ਦੇ ਨਹੀਂ ਲੱਗੇ ਲੋਕਾਂ ਦੇ ਘਰਾਂ ਦੇ ਜਿੰਨੇ ਸਾਡੇ ਕਿਸਾਨਾਂ ਨੇ ਕਾਲੇ ਝੰਡੇ ਲਾਏ ਸੋ ਆਓ ਮੇਰਾ ਵੀਰਾ ਰਲ ਕੇ ਹਮਲਾ ਮਾਰ ਕੇ ਇਕੱਠੇ ਹੋ ਕੇ ਹਫ਼ਤੇ ਬਾਅਦ ਕਈ ਪਿੰਡਾਂ 'ਚ ਜਾਂਦੇ ਆ 10-10,000 ਵੋਟ ਹੈ ਬੰਦੇ ਕਿੰਨੇ ਪਹੁੰਚਦੇ ਆ 2 ਜਾਂ 4 ਕਿਉਂ ਬਈ ਕੀ ਲੜਾਈ ਨਾ 2-4 ਦੀ ਹੈ ਤੁਹਾਡੀਆਂ ਜ਼ਮੀਨਾਂ ਦੇ ਮਸਲੇ ਨਹੀਂ ਆ ਤੁਹਾਡੀਆਂ ਫਸਲਾਂ ਤੁਹਾਡੀਆਂ ਨਸਲਾਂ ਦੇ ਮਸਲੇ ਨਹੀਂ ਆ ਆਪਣੀ ਸਮਝ ਲੜਾਈ ਕੌਣ ਕਿਸੇ ਖਿਲਾਫ਼ ਕੀ ਬੋਲਦਾ ਗੱਲਾਂ ਛੱਡ ਦਿਓ ਕਿਹੜਾ ਆਗੂ ਬੋਲਦਾ ਦੁਨੀਆਂ ਦਾ ਕੀ ਕਹਿੰਦਾ ਨੇ ਨੌਜਵਾਨ ਕੀ ਕਹਿੰਦੇ ਨੇ ਇਹ ਸੋਚੋ ਇਹ ਲੜਾਈ ਨਾ ਕਿਸੇ ਮੇਰੇ ਵਰਗੇ ਗੱਲੇ ਦੀ ਹੈ ਨਾ ਕਿਸੇ ਕਿਸਾਨ ਆਗੂ ਦੀ ਹੈ ਨਾ ਕਿਸੇ ਕਦੇ ਯੂਨੀਅਨ ਦੀ ਹੈ ਇਹ ਲੜਾਈ ਸਾਡੀ ਇਹਨੂੰ ਇਹ ਸਮਝੋ ਸਾਡੇ ਘਰ ਦੀ ਲੜਾਈ ਹੈ ਸਾਡੇ ਚੁੱਲ੍ਹੇ ਦੀ ਲੜਾਈ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਹੈ ਭਰਾਵੋ ਜੇ ਆਪਣੀਆਂ ਪੀੜ੍ਹੀਆਂ ਆਪਣਾ ਭਵਿੱਖ ਬਚਾਉਣਾ ਚਾਹੁੰਦੇ ਆ ਤਾਂ ਇਕੱਠੇ ਹੋ ਜਾਓ ਭਰਾਵੋ ਅੱਜ ਸਿਰ ਜੋੜਨਾ ਪੈਣਾ ਉਹ ਸਾਡੇ ਨਾਲ ਤਾਂ ਹਰਿਆਣੇ ਵਾਲੇ ਅੱਗੇ ਲੰਘ ਗਏ ਯਾਰ ਆ ਖੱਟਰ ਵਰਗਿਆਂ ਨੇ ਜਹਾਜ਼ ਉੱਤਰ ਨੂੰ ਦੇਖਦੇ ਤੇ 2-2 ਘੰਟਿਆਂ ਦੇ ਵਿੱਚ ਸਾਰੇ ਪਰਚੇ ਰੱਦ ਕਰਾ ਦਿੰਦੇ ਆ ਉਹ ਸ਼ੁਰੂਆਤ ਪੰਜਾਬ ਨੇ ਕੀਤੀ 400 ਜਾਨ ਸਾਡੀ ਉੱਥੇ ਗਈ ਆਪਾਂ ਰੁਪਇਆ ਸਾਡਾ ਖਰਚ ਹੋ ਗਿਆ ਇੰਨਾ ਸਮਾਂ ਸਾਡਾ ਬਰਬਾਦ ਹੋ ਗਿਆ ਮੁਕੱਦਮੇ ਵੀ ਦਰਜ ਹੋ ਗਏ ਕਿਹੜੀ ਗੱਲ ਉਹ ਘਰਾਂ 'ਚ ਬਹਿ ਗਏ ਯਾਰ ਹਰਿਆਣਾ ਮੰਨੋ ਕੋਲੇ ਅੱਗੇ ਲੰਘ ਗਿਆ ਧੰਨਵਾਦ ਨਾ ਭਰਾਵਾਂ ਹਰਿਆਣਾ ਦਾ ਸਾਡੇ ਵਾਲੇ ਪੰਜਾਬ ਵਾਲੇ ਉਹ ਘਰਾਂ 'ਚ ਬਹਿ ਗਏ ਥੱਕ ਗਏ ਅੱਕ ਗਏ ਵੀ ਟੁੱਟ ਗਏ ਤੇ ਨਿਰਾਸ਼ਤਾ ਆ ਗਈ ਲੜਾਈਆਂ ਹਮੇਸ਼ਾ ਨਾ ਇਹ ਇਤਿਹਾਸ ਗਵਾਹ ਹੈ ਸਾਡਾ ਇਤਿਹਾਸ ਇਹ ਜਿਹੀਆਂ ਲੜਾਈਆਂ ਨਾਲ ਭਰਿਆ ਪਿਆ ਜਿਹੜੀਆਂ ਲੜਾਈਆਂ ਅਸੀਂ ਹਾਰ ਦੀ ਕਿਨਾਰ ਤੇ ਖੜੇ ਸੀ ਪਰ ਜਿੱਤ ਕੇ ਆਏ ਆ
ਜਿੱਤ ਕੇ ਆਉਣੀ ਹੈ ਲੜਾਈ। ਮੈਂ ਤੁਹਾਨੂੰ ਭਰੋਸਾ ਦੇ ਕੇ ਜਾਂਦਾ 1000% ਨਾਲ ਗੱਲ ਦਾ ਦਾਅਵੇ ਨਾਲ ਕਹਿੰਦਾ ਕਿ ਅਸੀਂ ਇਹ ਮੋਰਚਾ ਹਰ ਹਾਲਤ ਜਿੱਤਾਂਗੇ ਭਰਾ। ਨਾਰਾ ਲਾਉਣੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪਰ ਨਾਲ ਮਜ਼ਦੂਰਾਂ ਨੂੰ ਵੀ ਜੋੜੋ। ਜਾ ਕੇ ਪਿੰਡਾਂ ਨੂੰ ਸਮਝਾਓ ਕਿ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੈ, ਇਕੱਲੀ ਜ਼ਮੀਨਾਂ ਦਾ ਨਹੀਂ ਹੈ, ਦੁਕਾਨਦਾਰ ਨੇ ਵੀ ਮਰਨਾ, ਮਜ਼ਦੂਰ ਨੇ ਮਰਨਾ, ਸਭ ਤੋਂ ਪਹਿਲਾਂ ਗਰੀਬ ਮਰੂਗਾ। ਤਿੰਨਾਂ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਜਮ੍ਹਾਂਖੋਰੀ ਦਾ ਵੀ ਭੰਡਾਰ ਕਰ ਦਿਓ ਸਾਰਾ ਕੁਛ। ਜਦੋਂ ਤੁਸੀਂ ਜਮ੍ਹਾਂਖੋਰੀ ਕਰ ਲਓਗੇ, ਭੰਡਾਰ ਕਰ ਲੈਣਗੇ ਵਪਾਰੀ, ਸਾਰਾ ਇਕੱਠਾ ਕਰਕੇ ਸਮਾਨ ਅਨਾਜ ਦਾਲਾਂ ਭੰਡਾਰ ਕਰ ਲੈਣਗੇ, 5 ਰੁਪਏ ਕਿਲੋ ਵਾਲੇ ਗੰਡੇ ਬਾਈ 100 ਰੁਪਏ ਦੇਣਗੇ, ਉਦੋਂ ਕੌਣ ਮਰੂ? ਸਭ ਤੋਂ ਪਹਿਲਾਂ ਗਰੀਬ ਮਜ਼ਦੂਰ ਮਰੂਗਾ। ਪਰ ਉਹਨਾਂ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ। ਉਹ ਕਹਿੰਦੇ ਜੀ ਮੋਦੀ ਕਹਿੰਦਾ ਜੱਟਾਂ ਦੀ ਜ਼ਮੀਨ ਖੋ ਕੇ, ਜ਼ਿਮੀਦਾਰਾਂ ਦੀ ਕਿਸਾਨਾਂ ਦੀ ਜ਼ਮੀਨ ਖੋ ਕੇ ਮਜ਼ਦੂਰਾਂ ਨੂੰ ਦੇਣੀ ਹੈ, ਗਰੀਬਾਂ ਨੂੰ ਦੇਣੀ ਹੈ, ਤਾਂ ਕਿ ਇਤਫਾਕ ਕੀਤਾ ਜਾਵੇ। ਆਹ ਨਵੀਆਂ ਗੱਲਾਂ ਨੇ, ਅਰਦਾਸਾਂ ਹੋ ਰਹੀਆਂ ਨੇ। ਕਿਉਂ ਹੁੰਦੀਆਂ? ਕਿਉਂਕਿ ਇਹ ਭਾਈਚਾਰਾ ਤੋੜਨਾ ਚਾਹੁੰਦੇ ਆ, ਇਹ ਦਲਿਤ ਬਨਾਮ ਜੱਟ ਜ਼ਿਮੀਦਾਰ ਕਿਸਾਨ ਬਨਾਮ ਮਜ਼ਦੂਰ ਕਰਨਾ ਚਾਹੁੰਦੇ ਆ। ਇਹ ਹੋਣ ਨਹੀਂ ਦੇਣਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਅੱਗ ਸਿੱਟੀ ਜਾਊਗੀ, ਪਰ ਸਾਡਾ ਏਕਾ ਜਿਹੜਾ ਉਹ ਬਰਕਰਾਰ ਰਹਿਣਾ ਚਾਹੀਦਾ। ਅੱਗੇ 5-6 ਪਿੰਡਾਂ ਜਾਣਾ, ਪਹਿਲੇ ਲੇਟ ਹੋਇਆ ਗਰਮੀ ਦਾ ਵੀ ਲੈ, ਤੁਸੀਂ ਵੀ ਸਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਮੈਥੋਂ ਮੇਰਾ ਵੀ ਬਾਹਰ ਬੋਲਦੇ ਨੇ, ਕਈ ਬੁਲਾਰਿਆਂ ਨੇ ਬੋਲਣਾ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਰੇ ਬੁਲਾਰਿਆਂ ਨੂੰ, ਅਮਰੀਕ ਆਇਆ ਗੁੱਸੇ ਕੋਟਲੇ ਵਾਲਾ ਬੈਠਾ ਮੁੰਡਾ, ਹੈਂਡੀਕੈਪਟ ਮੁੰਡਾ ਦੇਖ ਲਓ, ਗੁੱਸਾ ਉਹ ਮੋਗੇ ਕੋਲੇ ਪਿੰਡ ਆ, ਮੋਗੇ ਤੋਂ ਪਰੇ 200 ਕਿਲੋਮੀਟਰ ਤੋਂ ਸਾਡੇ ਕੋਲ ਚੱਲ ਕੇ ਆਇਆ, ਕੋਈ ਇੱਕ ਮਰਲਾ ਜ਼ਮੀਨ ਨਹੀਂ, ਪਰ ਜ਼ਮੀਰ ਹੈ, ਲਗਾਤਾਰ ਸਾਡੇ ਨਾਲ ਤੁਰ ਫਿਰ ਰਿਹਾ ਹੁੰਦੇ ਦਾ, ਇਹ ਲਗਾਤਾਰ ਇਹ ਕੋਸ਼ਿਸ਼ ਹੈ ਕਿ ਨਹੀਂ ਯਾਰ ਮੈਂ ਆਪਣਾ ਜਿੰਨਾ ਯੋਗਦਾਨ ਨਾ ਪਾ ਸਕਦਾ। ਇੱਕ ਬਾਹਰ ਬੰਦਾ ਐਡਾ ਵੱਡਾ ਹਮਲਾ ਮਾਰ ਰਿਹਾ, ਰੋਜ਼ ਫਿਰ ਰਿਹਾ, ਦਿਨ ਰਾਤ ਕਰ ਰਿਹਾ, ਸਾਡੇ ਲੋਕਾਂ ਨੂੰ ਕੀ ਹੋ ਗਿਆ? ਹੁਣ ਮੇਰਾ ਭਰਾ ਅਮਰੀਕ ਨੇ ਬੋਲਣਾ, ਤੋਂ ਬਾਅਦ ਰੁਪਿੰਦਰ ਆ ਗਿਆ, ਬਾਈ ਕਵਰ ਕਰਿਆਲ ਆ ਗਿਆ, ਹਰਫ ਆ ਗਿਆ, ਸਾਰਿਆਂ ਨੇ ਆਪੋ ਆਪਣਾ ਸਾਨੂੰ 10-10 ਮਿੰਟ ਵਿਚਾਰਾਂ ਸਾਂਝੀਆਂ ਕਰ ਲਿਆ। ਅਖੀਰ ਦੇ ਉੱਤੇ ਬੇਨਤੀ ਕਰੂੰਗਾ, ਟੀਮਾਂ ਬਣਾ ਲਓ, ਬਾਗੀਆਂ ਬੰਦ ਲਓ, ਇਹ ਨਾ ਹੋਇਆ ਕਰੇ ਯਾਰ ਮੈਥ ਤਾਂ ਯਾਰ ਜਾਇਆ ਨਹੀਂ ਜਾਂਦਾ, ਮੈਥੋਂ 2000 ਲੈ ਲਓ, 2500 ਲੈ ਲਓ। ਕਿਉਂ ਬਈ ਕਿਸੇ ਤੋਂ ਇਹ ਨਾ ਕਹੇ, ਜੂਨੀਅਰ ਵਾਲੇ ਬੈਠੇ ਆ ਭਰਾਓ, ਸੋਨੇ ਵੀ ਕਹਿਣਾ ਚਾਹੁੰਦੇ ਆ, ਇਹ ਨਾ ਕਹੇ ਮਤਲਬ ਕੋਈ ਗੱਲ ਨਹੀਂ 2000-3000 ਲੈ ਲਓ, ਇਹਦੀ ਬਾਗੀ ਕੱਟ ਦਿਓ। ਬਾਗੀ ਸਰ ਜਿਹੜੀ ਤਾਂ ਬਾਗੀਆਂ ਬੰਦੀਆਂ ਹਰ ਬੰਦੇ ਨੂੰ ਜਾਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।